कदे ऐ कर ला कदे ऐ कर ला वोटा आ गई ऐ कर ला नहीं तो ऐ कर ला ये गल विधान सभा विच सिखां दी दाड़ी उत्ते भद्दियां टिप्पणियां करन दे दोष हेठ अकाल तख्त साहब ते तलब किया गया सी, परंतु तुसी अज भी अकाल तख्त साहब उत्ते पेश होना वाजिब नहीं समझिया। अकाल तख्त साहब अते गुरु घर का सिद्धांत है कि हर किसी नूं भुल बख्शाउण वास्ते मौका दिता जावे। इस करके तुहानूं तीजा मौका ते आखिरी मौका दिता जांदा है। 19 जुलाई 2023 नूं सवेरे 11 बजे श्री अकाल तख्त साहब विखे पंज सिंह साहिबाना दे सामने पेश हो के अपना पक्ष स्पष्ट करो, नहीं तां होर नोट दिते बगैर 19 जुलाई 2023 नूं तुहाडे खिलाफ पंथक रवायतां अनुसार कार्रवाई की जाएगी। पिछले दिनी पंजाब सरकार वालों बुलाए विशेष सैशन दौरान दरबार साहब तो गुरबाणी प्रसारण के मुद्दे को लेकर गुरद्वारा एक्ट 1925 च सोध की गई सी, जिस दौरान मुख्यमंत्री भगवंत मान वालों अकाली दल प्रधान सुखबीर बादल की दाड़ी को लेकर तंज कसा सी, जिस तों बाद सरबत खालसा वालों थापे जथेदार ध्यान सिंह मंड वालों मुख्यमंत्री भगवंत मान को श्री अकाल तख्त साहब पेश होने का हुक्म लाया सी। उधर मुख्यमंत्री भगवंत मान जदों अकाल तख्त साहब से पेश ना होए तो मुड़ तो 8 जुलाई का समा अकाल तख्त साहब के मुतवाजी जथेदार ध्यान सिंह मंड वालों मुख्यमंत्री को दिता गया सी। जदों अज भी मुख्यमंत्री भगवंत मान पेश ना होए तो 19 जुलाई को ध्यान सिंह मंड वालों आखिरी मौका मुख्यमंत्री भगवंत मान को दिता गया है, जिस उन्हों का कहना है कि जेकर मुख्यमंत्री 19 जुलाई को पेश नहीं होंगे तो उन्होंने वालों पंथक रवायतों के अनुसार कार्रवाई की जाएगी। और की कुछ कहा ਤੁਸੀਂ ਉਹ ਵੀ ਸੁਣ ਲਵੋ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਸਰਕਾਰ, ਤੁਹਾਨੂੰ ਪਤਾ ਹੈ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਐਕਟ 1925 ਨਾਲ ਛੇੜਛਾੜ ਕਰਦਿਆਂ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਗੁਰਦੁਆਰਾ ਪ੍ਰਬੰਧ ਵਿੱਚ ਸਰਕਾਰੀ ਦਖਲ ਵਾਸਤੇ ਰਸਤਾ ਪੱਧਰਾ ਕਰਨ ਅਤੇ ਵਿਧਾਨ ਸਭਾ ਵਿੱਚ ਸਿੱਖਾਂ ਦੀ ਦਾੜੀ ਉੱਤੇ ਭੱਦੀਆਂ ਟਿੱਪਣੀਆਂ ਕਰਨ ਦੇ ਦੋਸ਼ ਹੇਠ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਗਿਆ ਸੀ। ਇਸ ਸੰਬੰਧੀ ਅੱਜ ਮਿਤੀ 8 ਜੁਲਾਈ 2023 ਨੂੰ ਦੂਜਾ ਮੌਕਾ ਦਿੱਤਾ ਗਿਆ ਸੀ ਕਿ ਅਕਾਲ ਤਖ਼ਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨ ਸਾਹਮਣੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇ ਸਕਦੇ ਹੋ, ਪਰੰਤੂ ਤੁਸੀਂ ਅੱਜ ਵੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣਾ ਵਾਜਬ ਨਹੀਂ ਸਮਝਿਆ। ਅਕਾਲ ਤਖ਼ਤ ਸਾਹਿਬ ਅਤੇ ਗੁਰੂ ਘਰ ਦਾ ਸਿਧਾਂਤ ਹੈ ਕਿ ਹਰ ਕਿਸੇ ਨੂੰ ਭੁੱਲ ਬਖਸ਼ਾਉਣ ਵਾਸਤੇ ਮੌਕਾ ਦਿੱਤਾ ਜਾਵੇ। ਇਸ ਕਰਕੇ ਤੁਹਾਨੂੰ ਤੀਜਾ ਮੌਕਾ ਅਤੇ ਆਖਰੀ ਮੌਕਾ ਦਿੱਤਾ ਜਾਂਦਾ ਹੈ ਕਿ ਮਿਤੀ 19 ਜੁਲਾਈ 2023 ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਸਪਸ਼ਟ ਕਰੋ, ਨਹੀਂ ਤਾਂ ਹੋਰ ਨੋਟ ਦਿੱਤੇ ਬਗੈਰ 19 ਜੁਲਾਈ 2023 ਨੂੰ ਤੁਹਾਡੇ ਖਿਲਾਫ਼ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਵੀ ਤੁਸੀਂ ਤਲਬ ਕੀਤਾ ਸੀ, ਉਹਨਾਂ ਬਾਰੇ ਕੋਈ ਫੈਸਲਾ ਨਹੀਂ ਲਿਆ। ਸਰਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੂੰ ਵੀ
क्योंकि पी टी सी जिहड़ा चैनल सी ਉਹ ਕਿਸੇ ਇੱਕ ਧਿਰ ਦਾ ਹੋਣ ਕਰਕੇ ਸਮੁੱਚੀਆਂ ਦੇਸ਼ ਵਿਦੇਸ਼ ਦੇ ਵਿੱਚੋਂ ਸਿੱਖਾਂ ਦਾ ਬੜਾ ਵਿਰੋਧ ਸੀਗਾ ਵੀ ਜਾਂ ਤਾਂ ਇੱਥੇ ਸਾਰੇ ਚੈਨਲਾਂ ਨੂੰ ਪ੍ਰਸਾਰਣ ਕਰਨ ਦਾ ਖੁੱਲ੍ਹਾ ਮੌਕਾ ਦਿੱਤਾ ਜਾਵੇ ਇੱਕ ਧਿਰ ਨੂੰ ਇਹ ਮੌਕਾ ਕਿਉਂ ਦਿੱਤਾ ਜਾ ਰਿਹਾ ਔਰ ਉਸ ਸੰਬੰਧ ਵਿੱਚ ਜਿਹੜੀ ਸੰਗਤ ਦੀ ਆਵਾਜ਼ ਸੀ ਉਹਨੂੰ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਅਸੀਂ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਵੀ ਆਦੇਸ਼ ਦਿੱਤਾ ਸੀ ਕਿ ਜੋ ਸੰਗਤਾਂ ਕਹਿੰਦੀਆਂ ਨੇ ਤੁਸੀਂ ਆਪਣਾ ਜਿਹੜਾ ਪੱਖ ਆ ਉਹ ਸਪਸ਼ਟ ਕਰੋ ਪ੍ਰੈਸ ਦੇ ਵਿੱਚ ਜਾ ਕੇ ਜਿਵੇਂ ਤੁਸੀਂ ਕਰਨਾ ਚਾਹੁੰਦੇ ਹੋ ਸਾਨੂੰ ਸਪਸ਼ਟੀਕਰਨ ਤੁਹਾਡਾ ਚਾਹੀਦਾ ਪਿਛਲੀ ਤਰੀਕ ਨੂੰ ਜਦੋਂ ਅਸੀਂ ਇੱਥੇ ਆਏ ਸੀ ਉਸੇ ਦਿਨ ਸ਼ਾਮ ਨੂੰ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਜਿਹੜੇ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ 23 ਜੁਲਾਈ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਗੁਰਬਾਣੀ ਦਾ ਪ੍ਰਸਾਰਣ ਕਰਨ ਵਾਸਤੇ ਆਪਣਾ ਯੂਟਿਊਬ ਚੈਨਲ ਜਿਹੜਾ ਉਹ ਚਲਾਵਾਂਗੇ ਅਤੇ ਪੀ ਟੀ ਸੀ 'ਤੇ ਅੱਗੇ ਤੋਂ ਜਿਹੜਾ ਇਹ ਗੁਰਬਾਣੀ ਦਾ ਪ੍ਰਸਾਰਣ ਹੈ ਇਹ ਨਹੀਂ ਹੋਵੇਗਾ ਸੋ ਇਸ ਕਰਕੇ ਅੱਜ ਦੀ ਤਰੀਕ ਦਿੱਤੀ ਸੀ ਅਸੀਂ ਸਮਝਦੇ ਹਾਂ ਕਿ ਦੇਰ ਬਾਅਦ ਲਿਆ ਗਿਆ ਇਹ ਦਰੁਸਤ ਫੈਸਲਾ ਹੈ ਜੇ ਗੁਰੂ ਘਰ ਦੇ ਵਿੱਚ ਗੁਰੂ ਘਰ ਦਾ ਪ੍ਰਬੰਧ ਚਲਾਉਣ ਵਾਲੇ ਗੁਰੂ ਦੀਆਂ ਸੰਗਤਾਂ ਦੀ ਆਵਾਜ਼ ਨਹੀਂ ਸੁਣਨਗੇ ਤਾਂ ਗੁਰੂ ਘਰ ਦੀ ਸ਼ਰਧਾ ਦੇ ਵਿੱਚ ਸਿੱਖਾਂ ਦੇ ਵਿੱਚ ਫਰਕ ਪੈਂਦਾ ਇਸ ਕਰਕੇ ਹੁਣ ਅਸੀਂ ਆਸ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲੇ ਯੂਟਿਊਬ ਚੈਨਲ ਦੇ ਨਾਲ ਨਹੀਂ ਸਰਦਾ ਉਹ ਆਪਣਾ ਜਿਹੜਾ ਚੈਨਲ ਆ ਉਹ ਚਲਾਉਣ ਰੁਕਾਵਟ ਕਿੱਥੇ ਆਉਂਦੀ ਆ ਉਹ ਸੰਗਤਾਂ ਨੂੰ ਦੱਸਿਆ ਜਾਵੇ ਸੰਗਤਾਂ ਉਹਦਾ ਹੱਲ ਕਰ ਸਕਦੀਆਂ ਸੋ ਇਸ ਕਰਕੇ ਉਹਨਾਂ ਨੂੰ ਅੱਜ ਅਸੀਂ ਕਹਿੰਦੇ ਵੀ ਜੋ ਉਹਨਾਂ ਨੇ ਬਿਆਨ ਦਿੱਤਾ ਵਾ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਉਣ ਵਾਲਿਆਂ ਨੇ ਸਾਰਿਆਂ ਨੇ ਸਲਾਹ ਮਸ਼ਵਰੇ ਤੋਂ ਬਾਅਦ ਦਿੱਤਾ ਵਾ ਅਤੇ ਦਰੁਸਤ ਬਿਆਨ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਜਿਹੜਾ ਪ੍ਰਸਾਰਣ ਆ ਗੁਰਬਾਣੀ ਦਾ ਨਿਰਵਿਘਨ ਜਿਹੜਾ ਵੀ ਚੈਨਲ ਚਾਹੁੰਦਾ ਉਹਨੂੰ ਲਿੰਕ ਦਿੱਤਾ ਜਾਵੇ ਔਰ ਕਿਸੇ ਵੀ ਢੰਗ ਦੇ ਨਾਲ ਜੋ ਕੋਈ ਸੇਵਾ ਕਰਨੀ ਚਾਹੁੰਦਾ ਮਰਜ਼ਾਦਾ ਦੇ ਮੁਤਾਬਕ ਉਹਨੂੰ ਮੌਕਾ ਮਿਲਣਾ ਚਾਹੀਦਾ ਪਰ ਪੱਕੇ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਚੈਨਲ ਦਾ ਪ੍ਰਬੰਧ ਕਰੇ ਠੀਕ ਹੈ ਓਕੇ ਠੀਕ ਹੈ ਪਿਛਲੀ ਵਾਰੀ ਵੀ ਆਖਰੀ ਮੌਕਾ ਸੀ ਮੇਰੇ ਹਿਸਾਬ ਨਾਲ ਆਖਰੀ ਮੌਕਾ ਦਿੱਤਾ ਸੀ ਦੂਸਰਾ ਤੇ ਆਖਰੀ ਮੌਕਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਦੇ ਮੁਤਾਬਕ ਜਦੋਂ ਕਿਸੇ ਪ੍ਰਾਣੀ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਸੱਦਿਆ ਜਾਂਦਾ ਵਾ ਉਹਨੂੰ 1, 2 ਤੇ 3 ਮੌਕੇ ਦਿੱਤੇ ਜਾਂਦੇ ਆ ਹੁਣ ਕੋਈ ਮੌਕਾ ਨਹੀਂ ਹੋਣਾ ਇਹ ਸਵਾਲ ਤੁਸੀਂ ਉਦੋਂ ਕਰੋਗੇ ਬਹੁਤ ਜਾਇਜ਼ ਹੋਊਗਾ ਅਸੀਂ ਜਿਹੜਾ 3ਜਾ ਮੌਕਾ ਵਾ ਉਹ ਅੱਜ ਦੇ ਦਿੱਤਾ ਵਾ ਇਸ ਕਰਕੇ ਫਿਰ ਆਪਾਂ ਦੁਬਾਰਾ ਇਹਦੇ ਉੱਤੇ ਪਤਾ ਲੱਗਾ ਕਿ ਤੁਹਾਨੂੰ ਸ਼੍ਰੋਮਣੀ ਕਮੇਟੀ ਵੱਲੋਂ ਵੀ ਫੋਨ ਆਇਆ ਸੀ ਕਿ ਆਪਾਂ ਆਪਣਾ ਚੈਨਲ ਸ਼ੁਰੂ ਕਰ ਰਹੇ ਹਾਂ ਅਤੇ ਉਹਨੂੰ ਸਾਡਾ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਨਾ ਮੈਂ ਕਿਸੇ ਦਾ ਫੋਨ ਅੱਜ ਤੱਕ ਸੁਣਦਾ ਵਾਂ ਮੇਰਾ ਇੱਕ ਕੰਮ ਹੈ ਕਿ ਜਦੋਂ ਮੈਂ ਕਿਸੇ ਨਾਲ ਲੜਾਈ ਲੜਦਾ ਨਾ ਮੈਨੂੰ ਦੁਸ਼ਮਣ ਹੀ ਦਿਖਦਾ ਹੁੰਦਾ ਵਿੱਚ ਵਿਚਾਲੇ ਨਹੀਂ ਕੋਈ ਗੱਲ ਹੁੰਦੀ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਮੈਂ ਸੁਣਿਆ ਉਹਦੇ ਮੁਤਾਬਕ ਮੈਂ ਇੱਥੇ ਬੋਲ ਦਿੱਤਾ।